अस्सलामु अलैकुम सजनों ते बेलियो, उम्मीद करना के सारे दोस्त अहबाब अल्लाह पाक दे फजल ते करम दे नाल हैरियत नाल होंदे। अज दिन ने जी जुमातुल मुबारक दा, इस टाइम फहरे सियालकोट, सियालकोट दे जिंदा दिल ते माशाल्लाह जी होशहलाक व्यापारी मुहम्मद बलाल बाजवा साहब दे डेरे ते मौजूद हाँ। ते माशाल्लाह जी बाजवा साहब मेहनत करके दोस्तों वास्ते अठ खूबसूरत मुनासिब कीमत वाले जानवर लेके आए ने। कम अज कम कीमत है जी 2 लाख सारे जानवरों की तसली कराने ते इन्हां दा जिहड़ा प्यार मुहब्बत वाला जायज मुनासिब रेट है वह भी मालूम करने। बिलाल साहब आओ जी सामने जी। अस्सलाम वालेकुम। वालेकुम सलाम जी। बिलाल साहब की हाल है? ठीक हो? हाँ जी ठीक ठाक, शुक्र है मालिक दा। दोस्त जनाब दे नाम तो जनाब दे काम तो वाकफ ने, अच्छा शो करान दियो दोस्तों नु, फिर अपना ते डेरे दा भी मुकम्मल तारफ करवा दियो। जिला सियालकोट तहसील पसरूर सूबेदार रुफाकत साहब दे नाम तो जी। अस्सलामु अलैकुम। वालेकुम सलाम जी। सूबेदार साहब सर की हाल है? ठीक हो? बड़ा सोहने मालिक दा, बड़ा ही फरा साहब, बड़ा ही कर बड़ा ही। और सेहत भी ठीक है माशाल्लाह? सेहत भी मेरे सोहने मालिक ने करम ना बिल्कुल ठीक। पैगाम शॉर्ट जिया शुरू च शॉर्ट दे के मेरा शिकार हो, मेरा पैगाम उंज मकाड़या ते पैगाम ते तो मेरा मका ही छड़या वे, पर उंज मेरे जेड़े फैन जे ना ਉਹ ਜੀ ਪੁੱਛਦੇ ਨੇ ਕੀ ਗੱਲ ਪੈਗਾਮ ਘਟਾਈ ਹੁੰਦੀ ਹੋ, ਮੈਂ ਕਿਹਾ ਮੈਂ ਨਵਿਆਂ ਮੁੰਡਿਆਂ ਦੀ ਗੱਲ ਮੰਨਣਾ। ਤੁਹਾਡੇ ਫੈਨ ਬ੍ਰਹਮਤ ਹੁੰਦੇ ਨਾ ਜੇ ਘੋਰ ਹੋਏ ਨੇ ਆ ਤੁਸੀਂ ਲੰ ਕਿੱਥੋਂ ਕਿਹੜੀ ਜਗ੍ਹਾ ਤੋਂ ਆ ਗਏ ਸਹੀ ਤੇ ਨਰਵਾਲ ਵਾਲੀ ਸਾਈਡ ਤੇ ਤੇ ਉੱਥੇ ਮਿਲੇ ਰਸ਼ੀਦ ਸਾਹਿਬ ਉਹ ਕਹਿੰਦੇ ਨੇ ਅਸੀਂ ਸੂਬੇਦਾਰ ਸਾਹਿਬ ਦੀ ਵੀਡੀਓ ਹਰ ਇੱਕ ਵੀਡੀਓ ਸ਼ੌਕ ਨਾਲ ਵੇਖਨੇ ਆ ਤੇ ਉਹਨਾਂ ਤੁਹਾਨੂੰ ਸਲਾਮ ਦਿੱਤਾ ਕਹਿ ਰਹੇ ਹਨ ਕਿਸੇ ਦਿਨ ਡੇਰੇ ਤੇ ਵੀ ਆਉਣਾ। ਵਾਲੇਕੁਮ ਸਲਾਮ। ਵੇਦਕ ਦੇ ਆਰਮੀ ਚ ਰਹੇ ਨੇ ਜਾਂ ਕਿ ਆਰਮੀ ਚ ਰਹੇ ਨੇ? ਅੱਛਾ। ਵੀਡੀਓ ਵੀ ਵੇਖਦੇ ਨੇ ਤੁਹਾਡੀ? ਜੀ ਜੀ, ਮੇਰੀ ਤਰਫੋਂ, ਤੁਹਾਡੀ ਤਰਫੋਂ, ਇਹ ਜਿਹੜੇ ਮਹਿਮਾਨ ਆਏ ਨੇ ਗਾਵਾਂ ਵਾਲਿਆਂ ਦੀ ਤਰਫੋਂ, ਮੇਰੇ ਬਰਖੋਦਾ ਦੀ ਤਰਫੋਂ, ਉਹ ਮੇਰੇ ਸ਼ੇਰ ਜਿਹੜੇ ਨੇ ਉਹਨਾਂ ਦੀ ਤਰਫੋਂ, ਸਭ ਨੂੰ ਜੀ ਸਲਾਮ ਅਲੈਕਮ। ਫਰਾਜ਼ ਸਾਹਿਬ ਮੱਧਮ ਸਪੀਡ ਨਾਲ ਆਪਣਾ ਕਾਰੋਬਾਰ ਕਰਦੇ ਰਹੋ ਤੇ ਮੇਰਾ ਸੋਹਣਾ ਮਾਲਕ ਵੀ ਬਰਕਤ ਦਿੰਦਾ। ਬਰਖੋਦਾ ਮੈਂ ਦੱਸਿਆ, ਮੈਂ ਕਿਹਾ ਜਿਹੜੀ ਬਹੁਤੀਆਂ ਛਾਲਾਂ ਵੀ ਨੇ ਵੀ ਨਹੀਂ ਚੰਗੀਆਂ ਹੁੰਦੀਆਂ, ਉਹਦੇ ਨਾਲ ਨਾ ਬੰਦੇ ਨੂੰ ਨਾ ਮਸਲਾ ਬਣ ਜਾਂਦਾ ਵੀ ਵੱਡੀ ਛਾਲ ਮਾਰੋਗੇ ਨਾ, ਸਮਝਦੇ ਹੋ ਨਾ ਗੱਲ? ਜੀ ਜੀ ਸਰ। ਕਿ ਵੱਡੀਆਂ ਛਾਲਾਂ ਤੁਹਾਨੂੰ ਪਤਾ ਫਿਰ ਬੰਦੇ ਦਾ ਪੈਰ ਨੂੰ ਵੀ ਮੋਚ ਆ ਸਕਦੀ ਹੈ, ਹੋਰ ਵੀ ਕਈ ਕੋਈ ਦਰਦ ਨਿਕਲ ਸਕਦੀ ਹੈ, ਦਰਦ ਨਿਕਲ ਸਕਦੀ। ਥੋੜਾ ਦੱਸਿਆ ਕਰੋ ਨਾ ਤਈਬ ਸਾਹਿਬ, ਕੋਈ ਦਰਦ ਨਿਕਲ ਸਕਦੀ ਹੈ, ਕੋਈ ਹੋਰ ਮਸਲਾ ਮਿਸਾਲ ਬਣ ਸਕਦਾ? ਤੇ ਮੱਧਮ ਸਪੀਡ ਦੇ ਨਾਲ ਨਾ ਮੈਂ ਕਿਹਾ ਮੇਰਾ ਬਰਖੋਦਾਰਾ ਆਪਣੇ ਕੰਮ ਨੂੰ ਨਾ ਸ਼ੁਰੂ ਰੱਖ। ਯਕੀਨ ਕਰੋ ਕਿ ਹੁਣ ਜਿਹੜੀ ਗਾਂ ਆ ਬੰਦੇ ਨੂੰ ਦਿੱਤੀ ਹੈ, ਕੋਈ ਮੈਂ ਕਿਹਾ ਮੇਰਾ ਪੁੱਤਰਾ ਦਿਲ 'ਤੇ ਹੱਥ ਰੱਖ ਜਾਣ ਦੇ ਕੋਈ ਨਹੀਂ, ਇਹ ਨਾ ਹੀ ਪੁੱਛੋ, ਮੈਂ ਕਿਹਾ ਬੰਦਾ ਹੀ ਖੁਸ਼ ਕਰੋ। ਅੜੀ ਹੁਣ ਜਿਹੜੀ ਬਾਜ ਦਿੱਤੀ ਹੈ, ਪਹਿਲਾਂ ਤਾਂ ਬੰਦਿਆਂ ਖੜੀ ਗੁਜਰਾਤ ਵਾਲਾ ਜਿਹੜੀ ਉਹ ਮੋਨੀ ਜੀ ਖੜੀ ਇਹ ਜਿਹੜੀ, ਮੈਂ ਕਿਹਾ ਕੋਈ ਗੱਲ ਨਹੀਂ ਪੁੱਤਰ, ਇਹ ਤੂੰ ਆਉਂਦੇ ਨੇ ਨਾ ਤਰੋਪੇ ਤਰੋਪੇ ਨਾਲ ਹੀ ਨਾਗ ਲਿਆ ਦਰਿਆ ਕਤਰੇ ਹੋਈ ਜਾਂਦਾ, ਕਤਰੇ ਕਤਰੇ ਨੇ ਦਰਿਆ ਭਰ ਕੇ ਠੀਕ ਹੈ। ਹੌਲੀ ਸਪੀਡ ਨਾਲ ਨਾ ਪੂਰਾ ਜਿਹਾ ਨਫਾ ਜਾਇਜ਼ ਰੱਖ ਕੇ ਤੇ ਪੁੱਤਰ ਕੰਮ ਨੂੰ ਸ਼ੁਰੂ ਰੱਖ। ਅਤੇ ਤੁਸਾਂ ਮੇਰੀਆਂ ਵਹਿੜੀਆਂ ਦੇ ਅੱਜ ਇੱਕ ਮੈਂ ਨਾ ਮਾਸ਼ਾਅੱਲਾ ਵੱਡੇ ਕੱਦ ਦੀ ਵੀ ਮਾਸ਼ਾਅੱਲਾ ਜੇ ਕਮਾਦੀ ਦੀ ਵੱਡੇ ਕੱਦ ਵਾਲੀ, ਵਾਹ ਵੱਡੇ ਕੱਦ ਵਾਲੀ, ਉਹ ਆਖਰ ਤੇ ਵਿਖਾਵਾਂਗੇ ਇਨਸ਼ਾਅੱਲਾ। ਤੇ ਅੱਜ ਤੁਹਾਨੂੰ ਵੱਧ ਤੋਂ ਵੱਧ ਤੋਹਫੇ ਮੋਨੀਆਂ ਤੇ ਕਾਲੇ ਥਣ ਤੇ ਥਣਾਂ ਵਾਲੀਆਂ ਵਨਸਮਾਨੀਆਂ ਨੂੰ ਅੱਜ ਤੁਹਾਨੂੰ ਮੇਰਾ ਸੋਹਣਾ ਮਾਲਕ ਤੇ ਕਰਮ ਨਾਲ ਵੇਖੋਗੇ ਇਨਸ਼ਾਅੱਲਾ। ਅਸੀਂ ਤੇ ਫਿਰ ਸ਼ੁਰੂ ਕਰੋ, ਹਨੇਰਾ ਪੈ ਰਿਹਾ, ਤੂੰ ਆ ਮੇਰਾ ਪੈਗਾਮ ਤੇ ਅੱਗੇ ਹੀ ਜੀ। ਸੁਬੇਦਾਰ ਸਾਹਿਬ ਬਹੁਤ ਸ਼ੁਕਰੀਆ ਜੀ, ਇਹ ਸ਼ੋਕਰ ਵਾਲੀ ਫਿਰ ਇਨਸ਼ਾਅੱਲਾ ਲੈਣ ਤੇ ਤੁਹਾਡਾ ਪੈਗਾਮ ਲੈਂਦੇ ਹਾਂ ਮਜ਼ੀਦ। ਇਹ ਨੰਬਰ ਇੱਕ ਤੇ ਆ ਗਈ ਮਾਸ਼ਾਅੱਲਾ ਜੀ, ਮੋਨੀ ਪ੍ਰਿੰਟ ਦੋਸਤਾਂ ਵੇਖ ਲੈਣੇ ਤੇ ਜਿਹੜੇ ਥਾਨੇ ਉਹ ਚੈੱਕ ਕਰਨੇ ਨੇ, ਸੋਹਣੇ ਪਾਵਰਫੁਲ ਥਣ ਲੱਗੇ ਨੇ ਇਹ ਮੱਝਾਂ ਵਾਲੇ ਮਾਸ਼ਾਅੱਲਾ ਜੀ। ਬਲਾਲ ਸਾਹਿਬ ਕਿੰਨਵਾਂ ਸੁਆਸ ਹੋਈ ਭਾਈ? ਦੂਸਰਾ ਸੁਆਸ ਹੋਈ ਵੈੜੀ ਤੋਰੇ ਭਾਈ ਜਾਨ, ਛਿੱਗੀ ਹੈ 6 ਦੰਦ ਸੁਆ, ਦੂਸਰਾ ਸੂਈ ਹੈ, ਬਲੈਕ ਬਿਊਟੀ ਹੈ ਮਾਸ਼ਾਅੱਲਾ ਜੀ। ਕਿਦਾਂ ਦੀ ਸੂਈ ਹੈ ਬਲਾਲ ਸਾਹਿਬ? ਰਾਜਵੇ ਦਿਨ 10 ਹੋ ਗਏ ਨੇ, 10 ਕ ਦਿਨ ਹੋ ਗਏ ਨੇ। ਕਿੰਨਾ ਤੋਂ ਦੇਰੀ ਹੈ ਬਲਾਲ ਸਾਹਿਬ? ਰਾਜਵੇ ਦੇ ਕੋਈ 11 ਕਿਲੋ ਜਿਆ ਤੇ ਦੋਹਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ? ਬੱਚੇ ਨੂੰ ਬੁਲਾ ਕੇ ਤੇ ਜਾਨ ਨੂੰ ਬੁਲਾ ਕੇ ਜਾ ਕੇ ਇਹ ਲੈ ਕੇ ਸਾਹਿਬ ਪਿੱਛੇ ਜਰਸੀ ਵਿੱਚ ਵੱਛੀ ਮਾਸ਼ਾਅੱਲਾ ਜੀ, ਨਾੜੂ ਵਾਲੇ ਵੀ ਨਜ਼ਰ ਆ ਰਿਹਾ, ਲੇਕਿਨ ਦਿਨ 10 ਕ ਹੋ ਗਏ ਨੇ। ਜਾਨ ਨੂੰ ਬੁਲਾ ਕੇ 11 ਕਿਲੋ ਦੁੱਧ ਦੇ ਮੋਨੀ ਹੈ ਚਿਹਰਾ ਦੋਸਤਾਂ ਵੇਖ ਲੈਣਾ, ਖੂਬਸੂਰਤੀ ਚੈੱਕ ਕਰਨੀ ਹੈ ਜੀ ਮਾਸ਼ਾਅੱਲਾ ਜੀ। ਟੋਰੇ ਅਮਰ ਸਾਹਿਬ ਵੱਛੀ ਦਾ ਵੀ ਚਿਹਰਾ ਵੇਖਣਾ ਤੇ ਨਾੜੂ ਵੀ ਮਾਸ਼ਾਅੱਲਾ ਜੀ ਚੈੱਕ ਕਰ ਲੈਣਾ। ਟੋਰੋ ਭਾਈ ਲੱਕ ਸਾਹਿਬ ਨਸਲ ਕੀ? ਅੱਜ ਤੋਹਫੇ ਲਿਆਂਦੇ ਨੇ। ਜ਼ਿੰਦਾਬਾਦ ਬਲਾਲ ਸਾਹਿਬ, ਕੀ ਨਸਲ ਹੈ ਦੀ? ਜਰਸੀ
जर्सी ते चोलस्तानी क्रॉस सुवा दूसरा छे दंद माशाल्लाह जी ए दस के दिन हो गए ने ते 11 किलो ए चुआई चुआई दा जा नु पला के दोवा टाइमा दा जी बलाल साहब ए गा नंबर 1 दा रेट 2 लाख सेल करनी है की हो गई है ठीक है लो दोस्त ए चेक करो माशाल्लाह ठीक है बिलाल साहब अगो लियाओ जी नंबर 2 वाली अगे आ गई माशाल्लाह जी नंबर 2 ते लिबास सोना कीता अडर क्वालिटी चेक करनी है ते थाना ते भी सोने माशाल्लाह जी पावरफुल जी बिलाल साहब की नवा सुवा सुई है सुवा दूसरा सुई है माशाल्लाह जी किन्ने दिन हो गए ने सोया 4-5 हो गए ने लेके साहब हिम्मत करो मेहनत की थी तुसा 4-5 दिन हो गए ना माशाल्लाह जी थाने भी दोस्तों वेख लेने ने गां नंबर 2 सुवा भी दूसरा पीछे जा की है जी पीछे दे भी बच्ची माशाल्लाह जी नाड़ू सामने नजर आ रहा दोस्तों चेक कर लेना बिलाल साहब सुवा दूसरा दस्या ते 4-5 दिन हो गए ने ਕਿੰਨਾ ਕੁ ਦੁੱਧ ਇਹਦੇ ਕੋਲ ਬੋਲਾ ਭਰਾ ਦੇ ਐਸ ਐਮ ਐਸ ਕੋ 14 ਲੀਟਰ ਇਹ ਦੋਵਾਂ ਟਾਈਮਾਂ ਦਾ ਟੋਟਲ ਹਾਂਜੀ ਇਹਦਾ ਟੋਟਲ ਯਾਨੀ ਬੱਚੇ ਸਮੇਤ ਸੁਆ ਦੂਸਰਾ ਪਿੱਛੇ ਦੇ ਬੱਚੀ ਦੋਸਤਾਂ ਵੀ ਚੈੱਕ ਕਰ ਲੈਣੀ ਹੈ ਨਸਲ ਕੀ ਬਲਾਲ ਸਾਹਿਬ ਦੀ ਬਲਾਲ ਸਾਹਿਬ ਨਸਲ ਕੀ ਹੈ ਜਰਸੀ ਤੇ ਚੋਲਸਤਾਨੀ ਕਰਾਸ ਜਰਸੀ ਤੇ ਚੋਲਸਤਾਨੀ ਕਰਾਸ ਬਰੀਡ ਅੱਛੀ ਹੈ ਕਰਾਸ ਚੋਲਸਤਾਨੀ ਆ ਗਿਆ ਅਗੋ ਗਰਮੀ ਵੀ ਨਹੀਂ ਕਰੇਦੀ ਤੇ ਇਨਸ਼ਾਅੱਲਾ ਜਿਹੜਾ ਦੁੱਧ ਉਹ ਵੀ ਫੈਟ ਵਾਲਾ ਹੋਵੇਗਾ ਲਿਬਾਸ ਦੋਸਤਾਂ ਫਿਰ ਚੈੱਕ ਕਰ ਲੈਣਾ ਮਾਸ਼ਾਅੱਲਾ ਜੀ ਜੀ ਬਲਾਲ ਸਾਹਿਬ ਗਾਂ ਨੰਬਰ 2 ਦਾ ਰੇਟ चीज दोस्तों चेक कर लेनी माशाल्लाह जी 2,20,000 पिछे दे बच्ची अगे लै जी अमर साहब अगे माशाल्लाह जी ए कादावर चीज आ गई है भी मोनी है लेकिन है कि ए छे दंद माशाल्लाह जी काले थंग ए पहले ने नहीं दूसरा सुआ सुना दूसरा हां जी ठीक है किन्ने के दिन ले रही है सर देन को 10 लेंदी है बैड़ी काले थंग लगे ने माशाल्लाह जी हाइट दोस्तों देख लेनी है कद ए सोना लगे छिगी दिन कोई 10 ले रही है जेडे दिन दसी ने कोई 2-4 दिन उत्ते थले हो सकदे ने अमर साहब खिला रहा जरा दोस्तों थाने भी चेक कराइए लो जी दोस्तों चेक करो माशाल्लाह जी थाने भी दोस्तों देख लेने मोनी प्रिंट भी सोना काले थन लगे ने छे दंद माशाल्लाह जी जर्सी फ्रीजियन चोलस्तानी ठीक है अमर साहब आओ सर यकीन करो मैं अपना रिसर्च पढ़िया ਜਿਹੜੀ ਮੈਂ ਯੂਨਿਟ ਵਧੀ ਕਰਦਾ ਬੰਦੇ ਨਾ ਰੋ ਪੈਂਦੇ ਹਨ ਤੇ ਥੱਲੇ ਬਹਿ ਜਾਂਦੇ ਹਨ ਮੁਸਲਮਾਨ ਹੋ ਯਕੀਨ ਕਰੋ ਮੈਂ ਸੈਂਟਰ 'ਚ ਨਾ ਮੁੰਡੇ ਚੱਲੇ ਨਾ ਦੂਜੀ ਬਟਾਲੀਅਨ 'ਚ ਤੋ ਜਿਹਨਾਂ 'ਚ ਸਿੰਧੀ ਮੇਰੇ ਪਿੱਛੇ ਆ ਗਿਆ ਸੀ ਕਿ ਬੰਦੇ ਰੋ ਰੋ ਕੇ ਯਕੀਨ ਕਰੋ ਥੱਲੇ ਬਹਿ ਜਾਂਦੇ ਹਨ ਰੋ ਸਿੰਧੀ ਨੇ ਤਾਂ ਮਿਸਾਲ ਕਾਇਮ ਕਰ ਛੜੀ ਕਿ ਨੌਕਰੀ ਛੱਡ ਕੇ ਆ ਗਿਆ ਡੱਕਨ ਸਾਹਿਬ ਪਹੁੰਚਦਾ ਤਾਂ ਮੈਨੂੰ ਬੁਲਾ ਕੇ ਤੇਰੇ 'ਚ ਕਿਹੜੀ ਖੂਬੀ ਹੈ ਮੈਂ ਕਿਹਾ ਸਿਰਫ ਔਰ ਸਿਰਫ ਪਿਆਰ ਉਹਨੇ ਇਸ ਤੋਂ ਇਲਾਵਾ ਮੈਂ ਕਿਹਾ ਮੇਰਾ ਕੰਮ ਵੀ ਵੇਖੋ ਮੇਰਾ ਕੰਮ ਵੀ ਵੇਖੋ ਜੇ ਕੰਮ 'ਚ ਫਰਕ ਆਇਆ ਤਾਂ ਵੀ ਦੱਸੋ ਸਰ ਜੀ ਲੇਕਿਨ ਪਿਆਰ ਨਾਲ ਜ਼ਿੰਦਾਬਾਦ ਇਹ ਮੁਲਾਜ਼ਮ ਰੱਖੇ ਨੇ ਅੱਜ ਤੱਕ ਜਿੰਨਾ ਮਰਜ਼ੀ ਨੁਕਸਾਨ ਕਰ ਚੜ ਕਦੀ ਉਹ ਨਹੀਂ ਆਇਆ ਬਿਲਕੁਲ ਆਹੀ ਬੱਚੀ ਸੀ ਜਿਹੜੀ ਨਸੰਡੇ ਸੀ ਬਿਲਕੁਲ ਨਸਦੀ ਬਈ ਮੈਂ ਕੋਈ ਇਹਨੂੰ ਪੱਠੇ ਨਹੀਂ ਜੇ ਪਾਏ ਕੋਈ ਕੁਛ ਨਹੀਂ ਪਹਿਲੇ ਦਿਨ ਦੇ ਲੱਗੇ ਲੱਗਾ ਠੀਕ ਹੈ ਆ ਕੱਲ ਹੀ ਆਂਦੀ ਬਰਖੋਦਾਰ ਨੇ ਆਂਦੀ ਮਾਸ਼ਾਅੱਲਾ ਬਰਖੋਦਾਰ ਖਰੀਦਦਾਰੀ ਕਰਦਾ ਪਿਆ ਬੋਦੀ ਹਾਂ ਬਰਖੋਦਾਰ ਨੂੰ ਪੂਰੇ ਤੇ ਜਦੋਂ ਵਿਆਹ ਹੋਈ ਉਹ ਤੋਂ ਬਾਅਦ ਕਿਹੜੀ ਕਸਮ ਹੈ ਜਾਂਦੀ ਨਾਲ ਠੀਕ ਹੈ ਟੋਰੇ ਮਾਸ਼ਾਅੱਲਾ 10 ਦਿਨ ਸਾਂਭ ਲੈਣੀ ਇਹਨੇ ਪੂਰੇ 5 ਲੱਖ ਦੀ ਬੱਚੀ ਜ਼ਿੰਦਾਬਾਦ ਇਹ ਜਰਸੀ ਫਰੀਜ਼ੀਅਨ ਤੇ ਚੋਲਸਤਾਨੀ ਕਰਾਸ ਮਾਸ਼ਾਅੱਲਾ ਜੀ ਇਹ ਨੰਬਰ 3 ਤੇ ਚੈੱਕ ਕਰਾਈਏ ਜੀ ਬਲਾਲ ਸਾਹਿਬ 62 ਨੰਬਰ 3 ਦਾ ਰੇਟ ਰਾਵੇ ਸਾਨੂੰ ਲੱਭੀ ਜੇ ਤੇ ਹਮੇ ਘਪਰਾਉਣ ਜੇ ਇਸ ਦੇ 2,65,000 2,65,000 ਜ਼ਿੰਦਾਬਾਦ ਚੀਜ਼ ਵੀ ਦੋਸਤਾਂ ਵੇਖ ਲੈਣੀ ਮਾਸ਼ਾਅੱਲਾ ਜੀ ਇਹ ਛੇ ਕੀਮਤ 2,65,000 ਅੱਗੇ ਆ ਗਈ ਹੈ ਜੀ ਨੰਬਰ 4 ਤੇ
ਥਣ ਦੋਸਤਾਂ ਚੈੱਕ ਕਰਨੇ ਨੇ ਕਾਲੇ ਪਾਵਰਫੁਲ ਮੱਝਾਂ ਵਾਲੇ ਥਣ ਲੱਗੇ ਨੇ ਮਾਸ਼ਾਅੱਲਾ ਜੀ ਬਲਾਲ ਸਾਹਿਬ ਕਿੰਨਵਾਂ ਸੂਆ ਹੈ ਰਾਜ ਦੇ ਦੂਸਰਾ ਸੂਆ ਬੈਠ ਦਾ ਸੂਆ ਦੂਸਰਾ ਮਾਸ਼ਾਅੱਲਾ ਜੀ ਟੋਰਿਆ ਭਾਈ ਜਾਨ ਕਿਦਨ ਦੀ ਸੂਈ ਹੈ ਪਾਵਰਫੁਲ ਚਿਹਰਾ ਵੀ ਦੋਸਤਾਂ ਚੈੱਕ ਕਰਾ ਦਿੰਦੇ ਨਸਲ ਕੀ ਬਲਾਲ ਸਾਹਿਬ ਦੀ ਜਰਸੀ ਤੇ ਚੋਲਸਤਾਨੀ ਕ੍ਰਾਸ ਥਣ ਦੋਸਤਾਂ ਫਿਰ ਚੈੱਕ ਕਰਨੇ ਨੇ ਮਾਸ਼ਾਅੱਲਾ ਜੀ ਪਿੱਛੇ ਜਿਹੜੀਆਂ ਦੋ ਬੱਚੀਆਂ ਨੇ ਨਸਲ ਦੀਆਂ ਬੰਦ ਨੇ ਠੀਕ ਖਿਲਾਰਿਓ ਜੀ ਇਹ ਜਿਹੜੀਆਂ ਦੋ ਪਿੱਛੇ ਬੱਚੀਆਂ ਨੇ ਇਹ ਬੰਦ ਨੇ ਨਸਲ ਦੀਆਂ ਮਾਸ਼ਾਅੱਲਾ ਜੀ ਥਾਨ ਦੋਸਤਾਂ ਫਿਰ ਵੇਖ ਲੈਣੇ ਟੋਰੋ ਭਾਈ ਜਾਨ ਤਿੰਨ ਨੇ ਆਹ ਬੰਦ ਨੇ ਉਹ ਤੇ ਗਰੰਟੀ ਹੈ ਯਾਨੀ ਉਹ ਜਿਹੜੇ ਚਾਰ ਥਾਨ ਨੇ ਉਹ ਕਲੀਅਰ ਨੇ ਮਾਸ਼ਾਅੱਲਾ ਜੀ ਜੀਬ ਲਾਲ ਸਾਹਿਬ ਗਾਂ ਨੰਬਰ ਚਾਰ ਦਾ ਰੇਟ ਪੱਕਾ ਰੇਟ ਬੈਠਦਾ ਹੈਗਾ 2,55,000 ਦਾ 2,55,000 ਨੰਬਰ ਚਾਰ ਤੇ ਚੈੱਕ ਕਰਾਈਏ ਮਾਸ਼ਾਅੱਲਾ ਜੀ ਕੀਮਤ 2,55,000 ਅੱਗੇ ਚੈੱਕ ਕਰੋ ਮਾਸ਼ਾਅੱਲਾ ਜੀ ਜਿਹੜੀ ਚੀਜ਼ ਅੱਗੇ ਆ ਗਈ ਦੋਸਤਾਂ ਚੈੱਕ ਕਰ ਲੈਣੀ ਮੋਨੀ ਚਿਹਰੇ ਦੀ ਖੂਬਸੂਰਤੀ ਚੈੱਕ ਕਰਨੀ ਮੋਟੀ ਆਖ ਹੈ ਮਾਸ਼ਾਅੱਲਾ ਜੀ ਜੀਬ ਲਾਲ ਸਾਹਿਬ ਕੀ ਕਹਿ ਰਹੇ ਹੋ ਜਰਸੀ ਮਾਸ਼ਾਅੱਲਾ ਜੀ ਗੱਬਣ ਤੋਰਿਆ ਅਮਰ ਸਾਹਿਬ ਕਿੰਨਵਾਂ ਸੂਆ ਨੇ ਸੁਣਿਆ ਤੀਸਰਾ ਸੂਆ ਇਹ ਨੰਬਰ 5 ਤੇ ਆ ਗਈ ਸੂਆ ਤੀਸਰਾ ਸੋਨਾ ਮਾਸ਼ਾਅੱਲਾ ਜੀ ਜਰਸੀ ਨਸਲ ਲਿਬਾਸ ਦੋਸਤਾਂ ਚੈੱਕ ਕਰ ਲੈਣਾ ਹੈ ਵੀ ਸਿਹਤਮੰਦ ਹੈ ਮਾਸ਼ਾਅੱਲਾ ਜੀ ਵੱਡੀ ਜੀ ਸਾਮਤ ਵਾਲੀ ਦਿਨ ਕਿੰਨੇ ਕੁ ਲੈ ਰਹੀ ਹੈ ਦਿਨ ਫਰਾਜ਼ ਦੇ 7 ਲੈਂਦੀ ਹੈ ਬਿਲਕੁਲ ਭੁੱਲੀਏ ਠੀਕ ਇਹ ਚੈੱਕ ਕਰੋ ਮਾਸ਼ਾਅੱਲਾ ਜੀ 100 ਵੀ ਬੜੀ ਸ਼ਰਾਫਤ ਦੋਸਤਾਂ ਚੈੱਕ ਕਰ ਲੈਣੀ ਹੈ ਵੀ ਸੀਲ ਸ਼ਰੀਫ ਤੇ ਸਿਹਤਮੰਦ ਮਾਸ਼ਾਅੱਲਾ ਜੀ ਅਮਰ ਸਾਹਿਬ ਚਿਹਰਾ ਚੈੱਕ ਕਰਾਉਂ ਉਹਦਾ ਕੰਨ ਛੋਟੇ ਹੀ ਸੁਣਾ ਹਾਂਜੀ ਅਮਰ ਨਾਲ ਛੋਟੇ ਅਮਰ ਸਾਹਿਬ ਬੋਲਦੇ ਨਹੀਂ ਪਏ ਤੁਹਾਡੇ ਵੱਲ ਨਹੀਂ ਪੁੱਛੇ ਵਾਲੇ ਫਰਾਜ਼ ਸਾਹਿਬ ਜੀ ਜੀ ਦੀ ਮੇਰੀ ਬੈਠ ਦੀ ਅੱਖ ਨਾ ਐਡਾ ਅੰਬਰ ਨੇ ਬੜੇ ਵੱਡੇ ਵਾਰ ਐਡਾ ਸਿਰੇ ਉਹਦਾ ਦੇਖੋ ਦੇਖੋ ਮੋਟੀ ਅੱਖ ਅੱਖ ਮੋਟੀ ਮਾਸ਼ਾਅੱਲਾ ਅਮਰ ਵੀ ਪਿਆਰ ਪੂਰਾ ਕਰਦਾ ਵੇਖੋ ਨਾ ਅਮਰ ਵੀ ਪੂਰਾ ਪਿਆਰ ਬਿਲਕੁਲ ਸਿੱਖ ਗਿਆ ਨਾ ਠੀਕ ਹੈ ਜੀ ਆਓ ਅਮਰ ਸਾਹਿਬ ਇਹ ਗਾਂ ਨੰਬਰ 5 ਮਾਸ਼ਾਅੱਲਾ ਜੀ ਦਿਨ ਕੋਈ ਸਤਕ ਲੈ ਰਹੀ ਨਾਮ ਕਦ ਛੜ ਇਹ ਲਾਮ ਜਰਸੀ ਦੀ ਦੋਸਤ ਜਾਣਦੇ ਨੇ ਪੂਰੀ ਹੁੰਦੀ ਲੇਕਿਨ ਲਾਮ ਵੇਖ ਲੈਣੀ ਮਾਸ਼ਾਅੱਲਾ ਜੀ ਲਾਮ ਵੀ ਸੋਹਣੀ ਜੀਬ ਲਾਲ ਸਾਹਿਬ ਕਿਲੋ ਦੁੱਧ ਕੱਢਦੀ ਰਹੀ ਪਿਛਲੇ ਸੂਬੇ ਕਿਲੋ ਦੁੱਧ ਕੱਢ ਹੁਣ ਮਾਸ਼ਾਅੱਲਾ ਜ਼ਿਆਦਾ ਪਿਛਲੀ ਸਾਈਡ ਲਓ ਦੋਸਤ ਚੈੱਕ ਕਰ ਲਓ ਮਾਸ਼ਾਅੱਲਾ ਜੀ ਠੀਕ ਲੈ ਆਓ ਅਮਰ ਸਾਹਿਬ ਜਰਸੀ ਨਸਲ ਸੂਆ ਤੀਸਰਾ ਸੋਨਾ ਦਿਨ ਕੋਈ ਸਤਕ ਲੈ ਰਹੀ ਹੈ ਮਾਸ਼ਾਅੱਲਾ ਜੀ ਇਹ ਹੈ ਵੀ ਮੋਨੀ ਹੈ ਮੋਟੀ ਅੱਖ ਭੋਰੀ ਸੂਰਤ ਸ਼ਰੀਫ ਸ਼ਰੀਫ ਜਿਹਨੂੰ ਆਉਂਦੇ ਸੀਲ ਸ਼ਰੀਫ ਹੈ ਮਾਸ਼ਾਅੱਲਾ ਜੀਬ ਲਾਲ ਸਾਹਿਬ ਗਾਂ ਨੰਬਰ 5 ਦਾ ਰੇਟ ਇਹ ਚੀਜ਼ਾਂ ਰੇਟਾਂ ਨਾਲ ਨਹੀਂ ਲੱਭਦੀਆਂ ਮੁਕਦਰਾਂ ਲੱਭਦੀਆਂ ਕੀ ਭਰਾ ਵੇਚਣਾ ਹੈ ਸੁਆਗ ਕੋਈ ਕੀ ਭਰਾ ਫੋਨ ਤੇ ਸੋਹੇ ਦੇਣਾ ਕਿ ਫਰਾਜ਼ ਸਾਹਿਬ ਇਹ ਦੋ ਵੱਡੀ ਕਿਸਮਤ ਨਾਲ ਮਿਲਦੀ ਹੈ ਹਾਂਜੀ ਠੀਕ ਇਹ ਚੀਜ਼ ਬਲਾਲ ਸਾਹਿਬ ਕਹਿ ਰਹੇ ਨੇ ਹਰ ਚੰਗੀ ਸ਼ੈ ਵੀ ਕਿਸਮਤ ਨਾਲ ਮਿਲ ਜਾਂਦੀ ਇਹ ਗੱਬਣ ਵਾਲੇ ਸ਼ੌਕੀ ਆਵੇ ਅਗਰ ਕਿਸੇ ਦੋਸਤ ਦੀ ਸਮਝ ਹੁੰਦੀ ਹੈ ਭਾਈਰਾਂ ਦਾ ਅਗਲੀ ਵੀਡੀਓ ਤੱਕ ਕਿਸੇ ਭਰਾ ਨੂੰ 24-25 ਕਿਲੋ ਦੁੱਧ ਚੁਆਕਦਾ ਇਨਕੇ ਭਰਾ ਨੂੰ ਰੇਟ ਜਿਹੜਾ ਨਾ ਫੋਨ ਤੇ ਦੱਸ ਹਾਂ ਫਰਾਜ਼ ਸਾਹਿਬ ਸੋਹਣਾ ਥਾਣ ਮੱਝਾਂ ਤਰ੍ਹਾਂ ਮਾਸ਼ਾਅੱਲਾ ਠੀਕ ਸੁਮੇਦਾ ਸਾਹਿਬ ਬਲਾਲ ਸਾਹਿਬ ਅੱਜ ਕੱਲ੍ਹ ਸ਼ਰਮਾ ਕਿਉਂ ਰਹੇ ਨੇ ਥੋੜ੍ਹਾ ਥੋੜ੍ਹਾ ਦੇਖੋ ਨਹੀਂ ਸ਼ਰਮਾ ਸਹੀ ਜਾ ਰਿਹਾ ਨਹੀਂ ਸਹੀ ਮਾਸ਼ਾਅੱਲਾ ਸਹੀ ਠੀਕ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 6 ਤੇ ਮੈਂ ਕਿਹਾ ਸਭ ਟੋਰਾਂ ਲੋਏ ਦੋਸਤੋ ਚੈੱਕ ਕਰੋ ਮਾਸ਼ਾਅੱਲਾ ਜੀ ਥਣ ਦੋਸਤਾਂ ਦੇ ਵੇਖ ਲੈਣੇ ਨੇ ਸੋਹਣੇ ਕਾਲੇ ਪਾਵਰਫੁਲ ਥਣ ਲੱਗੇ ਨੇ ਕਿੰਨਵਾਂ ਸੂਆ ਸੂਈ ਬਲਾਲ ਹੈ ਰਾਤ ਦੇ ਦੂਸਰਾ ਸੂਆ ਸੂਈ ਸੂਆ ਦੂਸਰਾ ਸੂਈ ਹੈ ਤੇ ਹਾਈਟ ਵੀ ਵੇਖ ਲੈਣੀ ਹੈ ਵੀ ਕੱਦ ਆਵੇ ਮਾਸ਼ਾਅੱਲਾ ਜੀ ਬਸ ਦੀ ਬਸ ਅਮਰ ਸਾਹਿਬ ਖਿਲਾਰੋ ਹਾਂ ਜ਼ਰਾ ਚੰਗਾ ਮਾਸ਼ਾਅੱਲਾ ਕੱਦ ਘਾਟ ਹੈ ਅਮਰ ਸਾਹਿਬ ਅੱਜ ਜ਼ਰਾ ਸਿੱਧੀ ਕਰੋ ਹਾਂ ਠੀਕ ਹੈ ਬਾਈ ਜਾ ਅਗੇ ਲੈਵ ਲੋਏ ਦੋਸਤੋ ਸੂਆ ਦੂਸਰਾ ਸੂਈ ਹੈ ਦਿਨ ਕਿੰਨੇ ਕੋ ਗਏ ਨੇ ਦਿਨ ਫਰਾਜ਼ ਤੋਂ ਇਹਨੂੰ ਅੱਜ ਕੋਈ 10 ਕੋ ਗਏ ਨੇ 10 ਕ ਦਿਨ ਹੋ ਗਏ ਨੇ ਜਾ ਕੀ ਪਿੱਛੇ ਤੇ ਬੱਚੀ ਹੈ ਬੱਚੀ ਮਾਸ਼ਾਅੱਲਾ ਵੱਛੀ ਬਾਜੀ ਬਾਈ ਲਿਆ ਕਿ ਕੀ ਗੱਲ ਹੈ ਜ਼ਰਾ ਉੱਚੀ ਬੋਲੋ ਹਾਂ ਵੱਛੀ ਮਾਸ਼ਾਅੱਲਾ ਬੜੀ ਸੋਹਣੀ ਵੱਛੀ ਆ ਚੈੱਕ ਕਰੋ ਮਾਸ਼ਾਅੱਲਾ ਜੀ ਜਿਹੜੀ ਚੀਜ਼ ਪਿੱਛੇ ਵੇ ਉਹ ਵੀ ਖੂਬਸੂਰਤ ਇਹ ਦੋਸਤਾਂ ਚੈੱਕ ਕਰ ਲੈਣੀ ਹੈ ਵੱਛੀ ਹੈ ਸੂਆ ਦੂਸਰਾ ਸੂਈ ਹੈ ਮਾਸ਼ਾਅੱਲਾ ਜੀ ਬਲਾਲ ਸਾਹਿਬ ਕਿੰਨਾ ਕਿ ਵਾਦੇ ਅੱਜ ਤੋਹਫੇ ਲਿਆਂਦੇ ਨੇ ਸਰਦਾਰ ਨੇ ਬੜੀ ਦੂਰੋਂ ਸਿਆਲਕੋਟ ਦੀਆਂ ਮੇਰਾ ਤੋਹਫੇ ਨੇ ਮਾਸ਼ਾਅੱਲਾ ਜ਼ਿੰਦਾਬਾਦ ਕਿੰਨਾ ਦੁੱਧ ਹੈ ਬਲਾਲ ਸਾਹਿਬ ਤੇ ਕੋਲ ਬਲਾਲ ਭਈ ਇਸ ਟਾਈਮ ਮੇਰ ਕੋ ਪੱਕਾ ਦੁੱਧ ਜਿਹੜਾ 16 ਲੀਟਰ ਤੋਰੇ ਭਾਈ ਜਾਨ 16 ਲੀਟਰ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ ਸੂਆ ਦੂਸਰਾ ਸੂਈ ਕੱਦ ਮਾਸ਼ਾਅੱਲਾ ਜੀ ਫੇਰ ਵੇਖਣੀ ਹੈ ਹਾਈਟ ਚੰਗੀ ਹੈ ਲਾਮ ਵੀ ਦੋਸਤਾਂ ਚੈੱਕ ਕਰ ਲੈਣੀ ਹੈ ਪ੍ਰਿੰਟ ਵੀ ਸੋਹਣਾ ਮਾਸ਼ਾਅੱਲਾ ਜੀ ਨਸਲ ਕੀ ਬਲਾਲ ਸਾਹਿਬ ਦੀ ਜਰਸੀ ਤੇ ਫਰੀਜ਼ੀਅਨ ਕ੍ਰਾਸ ਜਰਸੀ ਤੇ ਫਰੀਜ਼ੀਅਨ ਕ੍ਰਾਸ ਗਾਂ ਨੰਬਰ 6 ਜੀ ਬਲਾਲ ਸਾਹਿਬ ਗਾਂ ਨੰਬਰ 6 ਦਾ ਰੇਟ ਪੱਕਾ ਰੇਟ ਬਲਾਲ ਦੇ ਬੈਠਦਾ ਹੋਏਗਾ ਅਗਲੀ ਖੋਲੋ 2,85,000 ਠੀਕ ਹੈ ਜੀ ਨੰਬਰ 6 ਤੇ ਚੈੱਕ ਕਰਾਈ ਚੀਜ਼ ਦੋਸਤਾਂ ਚੈੱਕ ਕਰ ਲੈਣੀ ਕੀਮਤ 2,85,000 ਹੈ ਵੀ ਸੀਲ ਸ਼ਰੀਫ ਲੱਗਦੀ ਹੈ ਸਾਊ ਬੜੀ ਆ ਚੈੱਕ ਕਰੋ ਮਾਸ਼ਾਅੱਲਾ ਸਰ ਕੱਦ ਮਾਸ਼ਾਅੱਲਾ ਵੇਖੀ ਲਿਆ ਸੀ ਬਾਲਾਂ ਦੀ ਸਰ ਕੱਦ ਮਾਸ਼ਾਅੱਲਾ ਵੇਖੋ ਬਹੁਤ ਕੱਦ ਕੱਦ ਕਾਟ ਚੰਗਾ ਕੱਦ
ਬਿਲਕੁਲ ਜੀ ਹਾਂਜੀ ਤੇ ਸੋਹਣਾ ਕਰਦੇ ਮਾਸ਼ਾਅੱਲਾ ਜੀ 285,000 ਅੱਗੇ ਗਰਮੀ ਨਾ ਕਰੇਗੀ ਮਾਸ਼ਾਅੱਲਾ ਠੀਕ ਤੇ ਬਰਖੋਦਾਰ ਜੀ ਤੇ ਗੱਲ ਕਰ ਦਿਓ ਸ਼ਰਮਾ ਰਿਹਾ ਐਂ ਜਿਹੇ ਦੇ ਬਰਖੋਦਾਰ ਨਾ ਮੈਂ ਸੋਹਣੇ ਮਾਲਕ ਅੱਗੇ ਦੁਆ ਕਰਨਾ ਕਿ ਹਰ ਬੰਦੇ ਨੂੰ ਇੰਦਾ ਮਾਸ਼ਾਅੱਲਾ ਜਰਾ ਪ੍ਰਿਸ਼ਾਰ ਪੁੱਛੇਗਾ ਅੱਬਾ ਕੀ ਗੱਲ ਏ ਹੈ ਠੀਕ ਇਹਦੇ ਬਰਖੋਦਾਰ ਸਾਰਿਆਂ ਨੂੰ ਰੱਬ ਨਹੀਂ ਦਿੰਦਾ ਆਮੀ ਅੱਗੇ ਆ ਗਈ ਮਾਸ਼ਾਅੱਲਾ ਅੱਗੇ ਆ ਗਈ ਹੈ ਜੀ ਨੰਬਰ 7 ਦੇ ਪਹਿਲਨ ਤੇ ਪਹਿਲਨ ਵੈੜ ਇਹ ਚਾਰ ਦੰਦ ਦੇ ਕਾਲੇ ਥਣ ਲੱਗੇ ਨੇ ਮਾਸ਼ਾਅੱਲਾ ਜੀ ਥਣ ਵੀ ਸੋਹਣੇ ਨੇ ਪਾਵਰਫੁਲ ਥਣ ਦੋਸਤਾਂ ਚੈੱਕ ਕਰ ਲੈਣੇ ਬਲਾਲ ਸਾਹਿਬ ਕਿਦਾਂ ਦੀ ਸੂਈ ਹੈ ਬਲਾਲ ਦੇ ਦਿਨ 14-15 ਹੋ ਗਏ ਨੇ ਵੈੜ 15 ਕੇ ਦਿਨ ਹੋ ਗਏ ਨੇ ਲਿਆ ਕੇ ਸਭ ਕੀ ਪਿੱਛੇ ਦੇ ਬੱਚਾ 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 ਮਾਸ਼ਾਅੱਲਾ ਜੀ ਬੱਚਾ ਵੀ ਦੋਸਤ ਪਿੱਛੇ ਬੱਚੀਆਂ ਨੇ ਦੇ ਪਿੱਛੇ ਬੱਚਾ ਵਾ ਠੀਕ ਇੱਕ ਮਗਰ ਬੱਚਾ ਬਾਕੀ ਸਾਰੀਆਂ ਮਗਰ ਬੱਚੀਆਂ ਨੇ ਠੀਕ ਹੈ ਬਾਈ ਲਵਾਇਓ ਚੱਕਰ ਕਿੰਨਾ ਕੁ ਦੁੱਧ ਹੈ ਬਲਾਲ ਸਾਹਿਬ ਦੇ ਕੋਲ ਬਰਾਦਰ ਪੱਕਾ ਵੈੜੀ ਕੋ ਦੁੱਧ 14 ਕਿਲੋ ਬੱਚੇ ਨੇ ਖੰਦ ਦੇ ਜਾ ਨੂੰ ਪਲਾ ਗਈ ਹੈ ਟੋਟਲ ਬੱਚੇ ਨੂੰ ਇੱਕ ਖੰਦ ਦੇ ਕੇ ਪੱਕਾ ਦੁੱਧ ਵੈੜੀ ਪੈਂਦਾ ਠੀਕ ਹੈ ਜੀ 14 ਮਾਸ਼ਾਅੱਲਾ ਜੀ ਲਿਬਾਸ ਵੀ ਦੋਸਤਾਂ ਵੇਖ ਲੈਣਾ ਪੁੱਠਾ ਵੀ ਚੈੱਕ ਕਰਨਾ ਸਿਹਤ ਵੀ ਅੱਛੀ ਹੈ ਨਸਲ ਕੀ ਹੈ ਬਲਾਲ ਸਾਹਿਬ ਦੀ ਬਲਦੇ ਆ ਵੀ ਜਰਸੀ ਤੇ ਚੋਲਸਤਾਨੀ ਕ੍ਰਾਸ ਜਰਸੀ ਤੇ ਚੋਲਸਤਾਨੀ ਕ੍ਰਾਸ ਪਿੱਛੇ ਦੇ ਬੱਚਾ ਵੈੜ ਨੰਬਰ 7 ਪਹਿਲਾਂ ਨੇ ਮਾਸ਼ਾਅੱਲਾ ਜੀ ਬਲਾਲ ਸਾਹਿਬ ਕਿੰਨੇ ਦੰਦ ਆ ਬਲਦੇ 24 ਹੈ ਮੋ 4 ਦੰਦ ਮਾਸ਼ਾਅੱਲਾ ਜੀ ਜੀ ਬਲਾਲ ਭਾਈ ਵੈੜ ਨੰਬਰ 7 ਦਾ ਰੇਟ ਬਲਦੇ 235,000 ਰੁਪਏ 235,000 ਨੰਬਰ 7 ਤੇ ਚੈੱਕ ਕਰਾਈਏ ਕੀਮਤ 235,000 ਮਾਸ਼ਾਅੱਲਾ ਜਿਸ ਬੰਦੇ ਨੇ 5 ਲੱਖ ਦੀ ਮੱਝ ਲੈਣੀ ਹੈ ਨਾ ਯਕੀਨ ਕਰੋ ਦੁੱਧ ਵੀ ਮੱਝਾਂ ਤਰ੍ਹਾਂ ਇਹ ਵੈੜ ਹੀ ਲਾਈਏ ਉਹਦੇ ਨਾਲ ਸਵਾਦ ਇਨਸ਼ਾਅੱਲਾ ਬਹੁਤਾ ਮੇਰੇ ਸੋਹਣੇ ਮਾਲਕ ਦੇ ਕਰਮ ਨਾਲ ਦੇ ਤਾਂ ਦੁੱਧ ਵੀ ਫਾਈਟ ਆਲਾ ਜ਼ਿੰਦਾਬਾਦ ਰੇ ਤੇ ਸੰਘਣਾ ਦੇ ਦਾ ਮਾਸ਼ਾਅੱਲਾ ਅਗੇ ਲਿਆ ਅਮਰ ਸਾਹਿਬ ਐ ਵੀ ਅੱਜ ਦੀ ਵੀਡੀਓ ਦਾ ਤੋਹਫਾ ਮਾਸ਼ਾਅੱਲਾ ਜੀ ਦੁੱਧ ਵੀ ਯਕੀਨ ਕਰੋ ਸਾਡੇ ਸਾਸੇ ਦੀ ਮੈਂ ਆਪਣੀ ਅੱਖਾਂ ਨਾਲ ਛਾ ਵੇਖਾਂ ਮੈਂ ਉਹਦੀ ਗੱਲ ਕਰਨਾ ਸਾਡੇ ਸਾਸੇ ਦੀ ਬਾਲਟੀ ਨਤਾਰ ਕੇ ਤੇ ਜਾਨ ਵੀ ਨਾ ਰੱਜ ਜਾਂਦੀ ਦੁੱਧ ਦੀ ਨਹਿਰ ਹੀ ਹੋਈ ਫਿਰ ਨਹਿਰ ਹੀ ਹੋਈ ਮਾਸ਼ਾਅੱਲਾ ਬਹੁਤ ਠੀਕ ਲੋ ਜੀ ਦੋਸਤੋ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 8 ਤੇ ਇਹ ਹਾਈਟ ਦੋਸਤਾਂ ਵੇਖ ਲੈਣੀ ਮਾਸ਼ਾਅੱਲਾ ਜੀ ਗੱਬਣ ਨੇ ਪਰ ਖੁੱਲੀ ਗੱਲ ਤੋਰ ਐ ਲੈ ਕੇ ਚੀਬ ਲਾਲ ਸਾਹਿਬ ਕਿੰਨੇ ਕਿ ਦਿਨ ਲੈ ਰਹੀ ਹੈ ਚਲੋ ਠੀਕ ਰਾਜ ਭਾਈ ਦਿਨ ਕੋਈ 8-9 ਲੈਂਦੀ ਹੈ ਇਹ 8-9 ਦਿਨ ਲੈਂਦੀ ਹੈ ਭਈ ਕਦ ਵੇਖ ਲੈਣਾ ਅਮਰ ਸਾਹਿਬ ਕਰਿਓ ਜ਼ਰਾ ਸਿੱਧੀ ਜੀਬ ਲਾਲ ਸਾਹਿਬ ਪੂਰੀ ਬਰਾਦ ਦੀ ਇੰਪੋਰਟਡ ਚੀਜ਼ ਦੇ ਮਾਸ਼ਾਅੱਲਾ ਜੀ ਖੂਬਸੂਰਤੀ ਵੀ ਦੋਸਤਾਂ ਚੈੱਕ ਕਰਨੀ ਹੈ ਕਦ ਵੀ ਚੈੱਕ ਕਰ ਲੈਣਾ ਦਿਨ ਕੋਈ 8-9 ਲੈ ਰਹੀ ਹੈ ਸਵਾ ਕਿੰਨਾ ਸੋਣਾ ਨੇ 3 ਰੱਖਣਾ ਬਰਾਦ ਦੇ ਇੱਕ ਇਹੋ ਜੀ ਰੱਖ ਲੈਣਾ ਮਾਸ਼ਾਅੱਲਾ ਪੂਰਾ ਦੁੱਧ ਕਰੇਗੀ 32-33 ਲੀਟਰ ਦਾ ਰਿਕਾਰਡ ਹੈ ਪਹਿਲਾਂ ਇਹ ਹੁਣ ਸਵਾ ਦੂਸਰਾ ਸੋਣਾ ਸਵਾ ਛਿੱਗੀ ਹੈ ਮੂੰਹ 6 ਦੰਦ ਮਾਸ਼ਾਅੱਲਾ ਜੀ ਆ ਫਿਰ ਸਾਉ ਬਰਾਦ ਸਾਹਿਬ ਬੜੀ ਆ ਵੇਖੋ ਮਾਸ਼ਾਅੱਲਾ ਬਹੁਤ ਸਾਉ ਥਾਣਾ ਦੀ ਵੰਡ ਵੀ ਦੋਸਤਾਂ ਚੈੱਕ ਕਰਨੀ ਹੈ ਕਾਦਾਵਰ ਮਾਸ਼ਾਅੱਲਾ ਜੀ ਪ੍ਰਿੰਟ ਸੋਹਣਾ ਇਹ ਮਾਸ਼ਾਅੱਲਾ ਜੀ ਇਹ ਕੱਚੀ ਹਲੇ 8-9 ਦਿਨ ਲਿੰਦੀ ਹੈ ਭਈ ਨਸਲ ਕੀ ਹੈ ਬਲਾਲ ਸਾਹਿਬ ਦੀ ਰੇਟ ਮਜ਼ੀਦ ਇੱਕ ਦਿਨ ਦੇ ਦੇਖ ਲਓ ਹਾਂਜੀ ਅਗਲੀ ਵੀਡੀਓ 'ਚ ਦਾਂਗੇ ਅਗਲੀ ਵੀਡੀਓ 'ਚ ਹਾਂਜੀ ਅਗਲੀ ਹਰ ਦਫਾ ਇੰਜੀ ਕਹਿੰਦੇ ਬਲਾਲ ਇਨਸ਼ਾਅੱਲਾ ਅਗਲੀ ਵੀਡੀਓ 'ਚ ਦਿਖਾਵਾਂ ਚਲੋ ਬਲਾਲ ਸਾਹਿਬ ਮਿਹਰਬਾਨੀ ਤੁਹਾਡੀ ਸ਼ੁਕਰ ਹੈ ਪੁੱਤਰ ਪਾਲੇ ਹੋਏ ਸਾਡਾ ਦੋਸਤ ਹੈ ਨਾ ਪੁੱਤਰ ਬਹੁਤ ਬੀਬਾ ਬੀਬਾ ਪੁੱਤਰ ਹੈ ਸ਼ਹਿਜ਼ਾਦਾ ਆਦਮੀ ਹੈ ਜੀ ਸ਼ਹਿਜ਼ਾਦਾ ਆਦਮੀ ਹੱਸ ਰਿਹਾ ਹੋ ਕਾਲ ਨਾ ਮੈਂ ਥੋੜਾ ਜਿਹਾ ਐਵੇਂ ਨਾ ਕੋਈ ਚੁੱਪ ਚਾਪ ਰਹਿੰਦਾ ਬਾ ਕੀ ਆ ਮੈਂ ਕੁਛ ਨਹੀਂ ਮੈਂ ਤਾਂ ਕਿ ਔਲਾਦ ਵੀ ਇੰਨੀ ਜਿਹੜਾ ਪਿਓ ਦਾ ਚਿਹਰਾ ਵੀ ਪੜੇ ਇਹ ਨਹੀਂ ਕਿ ਪਿਓ ਹੀ ਪੁੱਤਰ ਦਾ ਚਿਹਰਾ ਪੜੇ ਲੇਕਿਨ ਉਹ ਵੀ ਮਾਂ ਪਿਓ ਵੀ ਖੁਸ਼ ਨਸੀਬ ਹੁੰਦਾ ਜਿਹਦਾ ਪੁੱਤਰ ਵੀ ਚਿਹਰਾ ਪੜੇ ਕਿ ਹਾਂ ਮੇਰਾ ਅੱਬਾ ਪਛਾਣ ਕੀ ਗੱਲ ਏ ਬਿਲਕੁਲ ਮੈਨੂੰ ਕੱਲ੍ਹ ਕਹਿੰਦਾ ਅੱਬਾ ਕੀ ਗੱਲ ਏ ਅਤੇ ਮੈਂ ਤਾਂ ਪੁੱਛਦਾ ਮੈਂ ਵੇਖੋ ਫਰਾਜ਼ ਸਾਹਿਬ ਨੇਕ ਦੀਦੀ ਨਾਲ ਕੰਮ ਕਰੋ ਕਿਸੇ ਦੇ ਬਾਰੇ ਸੋਚੋ ਨਾ ਅਤੇ ਸੋਹਣਾ ਮਾਲਕ ਵੀ ਤੁਹਾਡਾ ਸਾਥ ਦੇਗਾ ਜਾਂ ਉਹ ਪੁੱਠੀ ਵੀ ਸਿੱਧੀ ਪਏਗੀ ਮਾਸ਼ਾਅੱਲਾ ਪੁੱਠਾ ਕੰਮ ਵੀ ਮੇਰਾ ਇਹ ਜ਼ਮਾਏਗੀ ਗੱਲ ਏ ਅਤੇ ਜੇ 24 ਘੰਟੇ ਕਿਸੇ ਦੇ ਬਾਰੇ ਸੋਚਦੇ ਰਹੋ ਤੁਹਾਡੀ ਸਿੱਧਾ ਵੀ ਪੁੱਠਾ ਹੀ ਹੋਏਗਾ ਇਹ ਬੰਦਾ ਗਰੀਬ ਯਕੀਨ ਕਰੋ ਕਿ 9 ਜਮਾਤ ਲੀਤ ਸੀ ਅਤੇ ਮੇਰੇ ਸੋਹਣੇ ਮਾਲਕ ਨੇ ਮੈਨੂੰ ਉਸ EME ਸੈਂਟਰ 'ਚ ਕੋਈ 3 ਸਾਲ ਸੈਂਟਰ ਸੁਵਿਧਾ ਮਿਲੀ ਮੈਂ ਇਹ ਮੇਰੇ ਆਰਮੀ ਦੇ ਜਵਾਨ ਵੀ ਸੁਣਦੇ ਨੇ ਕੋਈ 3 ਸਾਲ ਸੈਂਟਰ ਸੁਵਿਧਾ ਜੋ ਦਾ ਪਾਕਿਸਤਾਨ ਬਣਿਆ ਇਹ ਬੰਦਾ ਗਰੀਬ 3 ਸਾਲ ਤੇ ਖੁਦ ਕਹਿ ਗਿਆ ਬਸ ਜੀ ਖੁਦਾ ਐਵੇਂ ਕੋ ਮੈਂ
ਸੁਣਦੇ ਨੇ, ਮੇਰੇ ਕੋਲ ਗਾਈਆਂ ਵੀ ਖੜਦੇ ਮੇਰੇ ਮੈਂ ਕਿ 3 ਸਾਲ ਨਾਖ ਲਈਦਾ, ਕਿਸੇ ਦੇ ਬਾਰੇ ਸੋਚਿਆ ਨਹੀਂ ਕਿ ਜਿਹੜਾ ਵੇਖੋ ਨਾ ਮੈਂ ਕਹਾਂ ਇਹ ਬਾਬਾ ਮਾੜਾ ਬੰਦਾ ਨਹੀਂ, ਮੈਂ ਮਾਰ ਛੜਾ ਮੈਂ ਇਹਨੂੰ ਚਪੇੜ ਮਾਰਾਂਗਾ ਨਾ ਇੱਧਰ ਵੇਖੋ, ਅਤੇ ਮੈਨੂੰ ਵੀ ਇਹ ਲਾਏਗਾ, ਇਹ ਨਹੀਂ ਕਿ ਮੈਂ ਹੀਰ ਦੀ ਡੋਈ ਨਾ ਆਏ ਹਾਂ, ਮਿਸਾਲ ਮੈਂ ਤੁਹਾਨੂੰ ਦੇਣਾ ਪਿਆ। ਯਾਨੀ ਕਿ ਕਦੀ ਜ਼ਿੰਦਗੀ ਦੇ ਵਿੱਚ ਕਿਸੇ ਦੇ ਬਾਰੇ ਸੋਚੋ ਨਾ, ਆਖੇ ਸੋਹਣਾ ਮਾਲਕ ਦਾ ਪੈਦਾ ਇਹ ਵੀ ਕੀਤਾ ਅਤੇ ਮੈਂ ਵੀ ਕੀਤਾ, ਅਗਰ ਇਹ ਮੈਨੂੰ ਤੰਗ ਕਰਦਾ ਨਾ ਤਾਂ ਮੈਂ ਮਾਲਕ ਨੂੰ ਕਹਾਂ ਯਾ ਮਾਲਕਾ ਇਹਨੂੰ ਪੁੱਛ ਕਿ ਕਿਉਂ ਮੇਰੇ ਨਾਲ ਨਜਾਇਜ਼ ਕਰ ਲਿਆ, ਉਹ ਸੋਹਣੇ ਮਾਲਕ ਨੂੰ ਕਹਾਂ, ਮੈਂ ਇਹਨੂੰ ਕਹਾਂ ਜਾ ਤੂੰ ਨਾ ਲੈ ਤੂੰ ਜਾਣ ਤੱਕ ਸੋਹਣਾ ਮਾਲਕ, ਕਦੀ ਕਿਸੇ ਦੇ ਬਾਰੇ ਤਾਂ ਜਾਓ ਮੇਰਾ ਸੋਹਣਾ ਮਾਲਕ ਤੁਹਾਡੇ ਜਿੱਧਰ ਵੀ ਜਾਓਗੇ ਉਹ ਸ਼ਾਵਾਂ ਤੁਹਾਨੂੰ ਨਾਇਤ ਕਰੇਗਾ ਜਿਹੜੀਆਂ ਤੁਸੀਂ ਸੋਚੀਆਂ ਨਾ। ਮੈਨੂੰ ਜ਼ਿੰਦਗੀ ਦੇ ਵਿੱਚ ਮੈਂ ਜੋ ਅੱਲਾ ਸੋਹਣੇ ਮਾਲਕ ਮੰਗਿਆ ਮੈਨੂੰ ਰੱਬ ਨੇ, ਲੇਕਿਨ ਇੱਕ ਗੱਲ ਫਰਾਜ਼ ਦਾ ਤੁਹਾਨੂੰ ਵੀ ਨਰਸਾ ਇੱਥੇ ਆਉਂਦਿਆਂਗਾ, ਮੈਂ ਕਿਸੇ ਦੇ ਬਾਰੇ ਕਦੇ ਸੋਚਿਆ ਨਹੀਂ। ਬਿਲਕੁਲ ਸਰ, ਤੁਹਾਡੀ ਹੋਬੀ ਮਾਸ਼ਾਅੱਲਾ, ਇਹ ਮੇਰਾ ਪੁੱਤਰ ਇਹਨੂੰ ਮੈਂ ਕੁਝ ਆਖਾਂ, ਇਹ ਕੋਈ ਮੇਰੇ ਤੋਂ ਬੜਾ ਨਾ, ਆਹ ਕਬੂਤਰ ਦੀ ਤਰ੍ਹਾਂ ਹੀ ਨਾ ਭੋਲੇ ਭਾਈ ਮੈਂ ਸੋਹਣੇ ਮਾਲਕ, ਅਤੇ ਜਿਹੜਾ ਆਖਰ ਤੇ ਉਹ ਗੱਲ ਮੈਨੂੰ ਤੋਤਰਾ ਵੀ ਕਿ ਜਿਹੜਾ ਮਾਂ ਪਿਓ ਦਾ ਦੀਵਾਨਾ ਹੈ ਉਹਦੇ ਨਖਰੇ ਨਾਜ਼ ਬਾਕੀਆਂ ਨਾਲੋਂ ਵੱਖਰੇ, ਉਹਦਾ ਬਹਿਣਾ ਬਾਕੀਆਂ ਨਾਲੋਂ ਵੱਖਰਾ, ਉਹਦਾ ਫਿਰਨਾ ਬਾਕੀਆਂ ਨਾਲੋਂ ਵੱਖਰਾ, ਹੈਂ ਉਹਦਾ ਦੁਨੀਆ ਦੀਆਂ ਸੈਰਾਂ ਬਾਕੀਆਂ ਨਾਲੋਂ ਵੱਖਰੀਆਂ, ਅਤੇ ਉਹਦੀਆਂ ਲਹਿਰਾਂ ਵੀ ਵੱਖਰੀਆਂ। ਇੱਕ ਦੋ ਗੱਲਾਂ ਤੁਸੀਂ ਵੀ ਦੱਸੋ ਹੋਰ ਉਹਦੀ ਕੀ ਵੱਖਰੀ ਵੱਖਰੀ ਸ਼ਹਿਰ ਨੇ, ਸਭ ਕੁਛ ਹੀ ਵੱਖਰਾ, ਉਹਦੀ ਇੱਜ਼ਤ ਵੀ ਵੱਖਰੀ, ਹੋਰ ਗੱਲ ਦੱਸੋ ਇੱਕ ਤੁਸੀਂ ਵੀ ਦੱਸੋ ਨਾ ਤੈਯਬ ਸਾਹਿਬ, ਸ਼ਾਨ ਵੱਖਰੀ, ਇੱਜ਼ਤ ਵੱਖਰੀ, ਸ਼ਾਨ ਵੱਖਰੀ, ਉਹਦੀ ਸ਼ਾਨ ਵੀ ਵੱਖਰੀ, ਪ੍ਰੋਟੋਕੋਲ ਵੱਖਰਾ, ਉਹਦੀ ਸ਼ਾਨ ਵੀ ਵੱਖਰੀ। ਇਸ ਵਾਸਤੇ ਮੈਂ ਤੁਸੀਂ ਇਹ ਦੇਖਿਆ ਕਿ ਮੈਂ ਇੱਕ ਡਰਾਮਾ ਪਾ ਵੇਂਦਾ ਹਾਂ, ਲੰਮੀ ਤਾਂ ਨਹੀਂ ਹੋ ਗਈ ਬੀਟੀ ਤੁਹਾਡੀ? ਨਹੀਂ ਸਰ, ਕਰੋ, ਅੱਜ ਟਾਈਮ ਹੈ ਤੁਹਾਡੇ ਕੋਲ। ਡਰਾਮਾ ਪਾ ਵੇਂਦਾ ਹਾਂ, ਇਤਰਾਫ਼ ਡਰਾਮਾ, ਮੈਨੂੰ ਛੋਟੀ ਬਚਪੀ ਦੱਸਦੀ, ਮੈਂ ਜਿੰਨੀ ਦੇਰ ਡਰਾਮਾ ਵੇਂਦਾ ਰਿਹਾ ਯਕੀਨ ਕਰੋ ਉੱਨੀ ਦੇਰ ਮੈਂ ਰੋਂਦਾ ਹੀ ਰਿਹਾ, ਕਿ ਇੱਕ ਬਾਪ ਹੁੰਦਾ ਅਤੇ ਉਹਨੂੰ ਅੰਦਰ ਬੰਦ ਕਰਦੇ ਨੇ। ਮੈਂ ਕਦੀ ਮੈਨੂੰ ਡਰਾਮੇ ਦਾ ਸ਼ੌਕ ਨਹੀਂ ਨਾ, ਮੈਂ ਐਡਾ ਕੋਈ ਸ਼ੌਕ ਨਾ ਵੇਖਿਆ, ਉਹ ਆਉਂਦਾ ਮੈਂ ਪੁੱਤਰਾ ਬਾਹਰ ਜਾਣਾ, ਉਹਨੂੰ ਬਾਹਰ ਨਹੀਂ, ਯਾਨੀ ਕਿ ਉਹਨੂੰ ਅੰਦਰ ਹੀ ਬੰਦ ਕਰਕੇ ਰੱਖਦੇ ਨੇ ਕਿ ਅੱਬੂ ਜੀ ਤੁਸੀਂ ਅੰਦਰ ਹੀ ਠੀਕ ਹੋ। ਫਿਰ ਕੀ ਹੁੰਦਾ, ਉਹ ਆਪਣੇ ਪੋਤਰਿਆਂ ਨੂੰ ਅਤੇ ਨੂੰਹ ਨੂੰ ਅਤੇ ਪੁੱਤਰ ਨੂੰ ਗੱਲਾਂ ਚੰਗੀਆਂ ਹੀ ਦੱਸਦਾ, ਉਹ ਚੰਗੀਆਂ ਹੀ ਦੱਸਦਾ, ਨਹੀਂ ਪੁੱਤਰ ਇੰਜ ਨਹੀਂ ਅਤੇ ਇੰਜ ਇੰਜ ਨਹੀਂ, ਉਹ ਹਰ ਗੱਲ ਦੇ ਵਿੱਚ ਉਹਨੂੰ ਟੋਕਦੇ ਨੇ, ਹਰ ਗੱਲ 'ਚ ਅੱਬੂ ਜੀ ਤੁਸੀਂ ਇੰਜ, ਅੱਬੂ ਜੀ ਤੁਸੀਂ ਇੰਜ, ਅੱਬੂ ਜੀ ਤੁਸੀਂ ਇੰਜ। ਉਹਦਾ ਅਖੀਰ ਐਸਾ ਰਿਜ਼ਲਟ ਨਿਕਲਦਾ, ਉਹ ਬੱਚੀ ਅਤੇ ਬੱਚਾ ਇਹਦੋ ਮੈਂ ਸੁਣਨਾ ਪਿਆ ਸਰ, ਬੱਚੀ ਅਤੇ ਬੱਚਾ ਇੰਨਾ ਕੁ ਜ਼ਲੀਲ ਕਰਦੇ ਨੇ ਉਹ ਬਾਬੇ ਦੇ ਪੁੱਤਰ ਨੂੰ, ਫਿਰ ਜਾ ਕੇ ਪੁੱਤਰ ਪਿਓ ਕੇ ਰੋਂਦਾ ਨੇ ਕਿ ਪੁੱਤਰ ਮੈਂ ਤੈਨੂੰ ਕੋਈ ਗੱਲ ਮਸ਼ਰਾ ਪੈਣਾ ਕੋਈ ਨਹੀਂ ਦਿੰਦਾ, ਕਦੀ ਆਪਣੀ ਔਲਾਦ ਵੀ ਨਹੀਂ ਪਿਆਰੀ ਹੁੰਦੀ, ਮੈਂ ਤਾਂ ਤੁਹਾਨੂੰ ਚੰਗੀ ਗੱਲ ਹੀ ਦੱਸਦਾ ਸਾਂ। ਅਤੇ ਇਹ ਕਦੀ ਮਾਂ ਪਿਓ ਆਪਣੀ ਔਲਾਦ ਨੂੰ ਕਦੀ ਗਲਤ ਗੱਲ ਨਹੀਂ ਦੱਸੇ, ਬਿਲਕੁਲ ਦੱਸੇਗਾ ਉਹਦੀ ਬਿਹਤਰੀ ਵਾਸਤੇ ਜੋ ਵੀ ਹੈਗਾ ਬਿਹਤਰ ਕਰੇਗਾ। ਅਤੇ ਹੁਣ ਆਖਰ 'ਤੇ ਨਾਰਾ ਲਾਈਏ, ਪਾਕਿਸਤਾਨ ਆਰਮੀ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ, ਪਾਕਿਸਤਾਨੀ ਜ਼ਿੰਦਾਬਾਦ। ਮੇਰੇ ਕੋਲ ਕਿਸੇ ਦੀ ਸ਼ਾਨ ਦੇ ਖਿਲਾਫ ਗੱਲ ਹੋਈ ਤਾਂ ਮੈਂ ਉਹਦੀ ਹੱਥ ਬੰਨ ਕੇ ਮਾਫ਼ੀ ਚਾਹਾਂਗਾ, ਮਿਹਰਬਾਨੀ, ਸ਼ੁਕਰੀਆ ਜੀ, ਓਕੇ, ਖੁਦਾ ਹਾਫਿਜ਼।